ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਆਦੇਸ਼ਾਂ ਤੇ ਪੰਜਾਬ ਸਰਕਾਰ ਨੇ ਸੂਬੇ ਅੰਦਰ 320 ਸੇਵਾ ਕੇਂਦਰਾਂ ਤੇ 506 ਸਾਂਝ ਕੇਂਦਰਾਂ ਦੇ ਸਮੇਂ ਚ ਵਾਧਾ ਕੀਤਾ। ਇਹ ਕੇਂਦਰ ਹੁਣ ਐਤਵਾਰ ਨੂੰ ਵੀ ਖੁੱਲੇ ਰਹਿਣਗੇ। ਇਸ ਸੰਬੰਧੀ ਸਾਡੀ ਟੀਮ ਵੱਲੋਂ ਸੇਵਾ ਕੇਂਦਰ ਦੇ ਅਧਿਕਾਰੀਆਂ, ਮੁਲਾਜ਼ਮਾਂ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ। ਮੈਂ ਚਾਨਕਿਆ ਨੂੰ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਕਪੂਰਥਲਾ, ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਹੁਣ ਸੇਵਾ ਕੇਂਦਰ ਹਫ਼ਤੇ 7 ਦਿਨ ਖੁੱਲ੍ਹੇਗਾ। ਸੋਮਵਾਰ ਤੋਂ ਸ਼ੁੱਕਰਵਾਰ 2 ਸ਼ਿਫਟਾਂ 'ਚ ਕੰਮ ਕਰਾਂਗੇ, 8-4 ਅਤੇ 10-6, ਜਿਸ ਵਿੱਚ 10-4 ਵਜੇ ਤੱਕ ਸਾਰੇ ਜਿਹੜੇ ਓਪਰੇਟਰ ਅਵੇਲੇਬਲ ਹੋਣਗੇ, ਮਤਲਬ ਕਿ 100% ਸਟਾਫ ਨਾਲ ਅਸੀਂ ਕੰਮ ਕਰਾਂਗੇ। ਸ਼ਨੀਵਾਰ ਅਤੇ ਐਤਵਾਰ 50% ਸਟਾਫ ਨਾਲ ਅਸੀਂ ਕੰਮ ਕਰਾਂਗੇ। ਸ਼ਨੀਵਾਰ ਦਾ ਟਾਈਮ ਹੈਗਾ 8-4, ਐਤਵਾਰ ਦਾ ਟਾਈਮ ਹੈਗਾ ਉਹ ਵੀ 8-4 ਦੇ ਨਾਲ। ਜਿਹੜੇ ਕਿ ਵਰਕਿੰਗ ਡੇਜ਼ ਵਿੱਚ ਨਹੀਂ ਆ ਸਕਦੇ, ਘਰ ਦੇ ਕੰਮ ਦੇ ਜਾ ਕਰਕੇ ਜਾਂ ਕਿਤੇ ਜੋਬ ਕਰਦੇ ਨੇ, ਉਹ ਇਹਦਾ ਫਾਇਦਾ ਐਤਵਾਰ ਨੂੰ ਉਠਾ ਸਕਦੇ ਨੇ ਸਵੇਰੇ 8-4 ਵਜੇ ਤੱਕ। ਹਾਂਜੀ ਮੈਡਮ, ਇਹ ਜਿਹੜੇ ਤੁਸੀਂ ਸੁਵਿਧਾ ਸੈਂਟਰ ਵਿੱਚ ਆਪਣੇ ਕਿੰਨੇ ਟਾਈਮ ਤੋਂ ਵਰਕਿੰਗ ਕਰਦੇ ਹੋ? ਹਾਂਜੀ 8 ਘੰਟੇ ਦੀ ਜੋਬ ਹੈ ਇਹ, 8 ਤੋਂ ਲੈ ਕੇ 4 ਵਜੇ ਤੱਕ ਹੀ ਸੇਵਾ ਕੇਂਦਰ 'ਚ ਜੋਬ ਕਰਾਂਗੇ। ਹਾਂਜੀ ਕਿੰਨੇ ਟਾਈਮ ਤੋਂ ਕਰਦੇ ਹੋ, ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ? ਇੱਥੇ 3 ਸਾਲ। ਹਾਂਜੀ ਤਾਂ ਮੈਡਮ, ਜਿਹੜਾ ਸਰਕਾਰ ਵੱਲੋਂ ਐਤਵਾਰ ਨੂੰ ਖੋਲ੍ਹਣ ਦੀ ਜਿਹੜੀ ਗੱਲ ਕੀਤੀ ਗਈ ਹੈ, ਤਾਂ ਕਿੱਧਰ ਮਤਲਬ ਕਿ ਜਨਤਾ ਦਾ ਕਿੱਧਰ ਰੁਝਾਨ ਇੱਥੇ ਆ? ਜਨਤਾ ਲਈ ਇੱਕ ਤਾਂ ਵਧੀਆ ਗੱਲ ਵੀ ਹੋ ਗਈ ਕਿ ਜਿਨ੍ਹਾਂ ਦਾ ਉਹ ਟਾਈਮਿੰਗ ਨਹੀਂ ਸੀ ਹੁੰਦੀ, ਜਿੱਦਾਂ ਸੰਡੇ ਉਹਨਾਂ ਨੂੰ ਛੁੱਟੀ ਹੁੰਦੀ ਸੀਗੀ ਪਰ ਇੱਥੇ ਸੇਵਾ ਕੇਂਦਰ 'ਚ ਕੰਮ ਨਹੀਂ ਸੀ ਕਰਵਾ ਸਕਦੇ, ਉਹਨਾਂ ਨੂੰ ਇਹ ਬੈਨੀਫਿਟ ਹੋ ਗਿਆ ਕਿ ਇੱਥੇ ਸੇਵਾ ਕੇਂਦਰ 'ਚ ਸੰਡੇ ਆ ਕੇ ਕੰਮ ਕਰਵਾ ਸਕਦੇ ਉਹਨਾਂ। ਅਤੇ ਮੈਡਮ ਅੱਜ ਸੰਡੇ ਆ ਤਾਂ ਅੱਜ ਲੋਕ ਕਿੰਨੀ ਕੁ ਮਤਲਬ ਕਿ ਭੀੜ ਹੈ? ਅੱਜ ਤਾਂ ਥੋੜ੍ਹਾ ਬਹੁਤਾ ਰਸ਼ ਆ ਕਿਉਂਕਿ ਅੱਜ ਫਸਟ ਡੇ ਸੰਡੇ ਓਪਨ ਹੋਇਆ ਵਾ, ਅਤੇ ਹੌਲੀ ਹੌਲੀ ਕਈਆਂ ਨੂੰ ਨਹੀਂ ਵੀ ਅਵੇਅਰ ਹੈਗੇ ਇਸ ਚੀਜ਼ ਬਾਰੇ, ਹੌਲੀ ਹੌਲੀ ਪਤਾ ਲੱਗ ਜਾਏਗਾ ਤੇ ਨੈਕਸਟ ਟਾਈਮ ਤੋਂ ਸ਼ਾਇਦ ਰਸ਼ ਜ਼ਿਆਦਾ ਪੈ ਗਿਆ। ਤੇ ਮੈਡਮ ਜਦੋਂ ਵਰਕਰ ਨੂੰ ਕਿਉਂ ਮਹਿਸੂਸ ਹੁੰਦਾ ਕਿ ਜਿਵੇਂ ਕਿ ਪੂਰਾ ਵੀਕ ਕੰਮ ਕਰਨਾ ਪੈ ਰਿਹਾ ਤਾਂ ਕੋਈ ਛੁੱਟੀ ਨਹੀਂ, ਤਾਂ ਉਹਨੂੰ ਲੈ ਕੇ ਤੁਹਾਨੂੰ ਕਿੱਦਾਂ ਫੀਲ? ਨਹੀਂ ਸਾਨੂੰ ਤਾਂ ਇਹ ਵਾ ਕਿ ਚਲੋ ਇੱਕ ਛੁੱਟੀ ਚਾਹੀਦੀ ਹੈ, ਸੈਟਰਡੇ ਆ ਗਈ ਜਾਂ ਸੈਟਰਡੇ ਆਈ, 50% ਸਟਾਫ ਆ ਸਾਡਾ ਅਤੇ ਜਿਹੜੇ ਕੱਲ੍ਹ ਆਏ ਉਹ ਅੱਜ ਛੁੱਟੀ 'ਤੇ, ਅਸੀਂ ਕੱਲ੍ਹ ਛੁੱਟੀ 'ਤੇ ਹੀ ਅੱਜ ਵਰਕਿੰਗ 'ਤੇ ਆ। ਕੀ ਨਾਮ ਆ ਜੀ? ਹਾਂਜੀ ਕਿਹੜਾ ਮਹੱਲਾ ਵਾ ਤੁਹਾਡਾ? ਅੱਛਾ, ਤੁਸੀਂ ਸੁਵਿਧਾ ਕੇਂਦਰ ਆਪਣੇ ਜਿਹੜਾ ਕਿ ਕੰਮ ਕਰਵਾਉਣ ਆਏ, ਤਾਂ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਕਿ ਜਿਵੇਂ ਸਰਕਾਰ ਨੇ ਐਤਵਾਰ ਨੂੰ ਖੋਲ੍ਹਣ ਦਾ ਸੁਵਿਧਾ ਕੇਂਦਰ ਕਿਹਾ ਵਾ, ਕਿੱਧਰ ਮਹਿਸੂਸ ਕਰਦੇ ਹੋ? ਠੀਕ ਹੈ, ਥੋੜ੍ਹਾ ਜਿਹਾ ਕਿ ਰਸ਼ ਤੋਂ ਪਹਿਲਾਂ ਅਗਲੇ ਅੱਗੇ ਵਰਕਿੰਗ ਡੇ 'ਚ ਰਸ਼ ਵਗੈਰਾ ਕਾਫੀ ਹੁੰਦਾ ਵਾ, ਸੰਡੇ ਨੇ ਚਲੋ ਛੁੱਟੀ ਹੈ, ਸਾਰੀ ਇੰਪਲਾਈ ਸਿਗਰਟ ਆਪਣਾ ਆ ਕੇ ਕਰਵਾ ਸਕਦੇ ਕੰਮ, ਤੁਹਾਨੂੰ ਰਸ਼ ਵੀ ਘੱਟ ਮਿਲੇਗਾ ਤੁਹਾਨੂੰ ਆਮ ਦੇ ਨਾਲ। ਜਿਹੜਾ ਕਿ ਸਰਕਾਰ ਦਾ ਡਿਸੀਜਨ ਕਿੱਧਰ ਵਧੀਆ? ਠੀਕ ਹੈ, ਵਧੀਆ। ਮੈਂ ਤਾਂ ਨਹੀਂ ਪਤਾ ਲੱਗਿਆ ਕਿ ਸੰਡੇ ਨੂੰ, ਕੱਲ੍ਹ ਪਰਸੋਂ ਆਏ ਸੀ, ਉਦੋਂ ਮੈਂ ਪੜਿਆ ਬਾਹਰ, ਉਦੋਂ ਪਤਾ ਲੱਗਿਆ ਕਿ ਸੰਡੇ ਨੂੰ ਔਖਾ ਨਾ, ਤੁਹਾਨੂੰ ਪਤਾ ਹੀ ਨਹੀਂ। ਅੱਜ ਤੁਸੀਂ ਸੁਵਿਧਾ ਕੇਂਦਰ ਆਏ ਤਾਂ ਤੁਹਾਡਾ ਕੰਮ ਅੱਜ ਹੋਇਆ, ਤੁਹਾਨੂੰ ਕਿੱਦਾਂ ਲੱਗ ਰਿਹਾ? ਯਾਰ ਵਧੀਆ ਲੱਗਦਾ ਕਿ ਛੁੱਟੀ ਵਾਲੇ ਦਿਨ ਫ੍ਰੀ ਹੋ ਕੇ ਤੁਸੀਂ ਆਪਣਾ ਕੰਮ ਕਰਵਾਉਣ ਆਏ ਆ, ਤਾਂ ਕੋਈ ਮੁਸ਼ਕਲ ਤਾਂ ਨਹੀਂ ਆਈ? ਕਪੂਰਥਲਾ ਤੋਂ ਨਰੇਸ਼ ਖੋਸਲਾ ਅਤੇ ਸਾਜਨ ਖੋਸਲਾ ਦੀ ਰਿਪੋਰਟ।